ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਜਨ ਮੋਹੇ ਬ੍ਰਹਿਮੰਡ ਖੰਡ ਮੈਂ ਪਾਓ ਰਾਖ ਲਿਹ ਦੇਹੋ ਬਖਈ ਜੀਓ ਦੇਹੋ ਆਪਣਾ ਨਾਓ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਓ ਰਾਖ ਲਿਹੋ ਦੇਹੋ ਬਖਈ ਜੀਓ ਦੇਹੋ ਆਪਣਾ ਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕਾਂ ਅਨੁਸਾਰ ਬਾਬਾ ਰਾਮ ਜੋਗੀ ਪੀਰ ਜੀ ਦੇ ਅਸਥਾਨਾਂ 'ਤੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। 7 ਤਰੀਕ ਤੋਂ ਚੱਲ ਰਹੀ ਅਖੰਡ ਲੜੀ ਅੰਦਰ ਆਪਾਂ ਸਮੂਹ ਗੁਰੂ ਰੂਪ ਸੰਗਤਾਂ ਨੇ ਇਸ ਮਹਾਨ ਕੁੰਭ ਅੰਦਰ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ ਸਤਿਗੁਰਾਂ ਦੀਆਂ ਵਡਿਆਈਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਪਣੇ ਪੁਰਖਿਆਂ ਨੂੰ ਉਹਨਾਂ ਦੇ ਦੱਸੇ ਨਿਯਮਾਂ ਅਨੁਸਾਰ ਪੁੰਨ ਦਾਨ ਜੱਗ ਕਰਦਿਆਂ ਆਪਾਂ ਅੱਜ ਭੋਗਾਂ ਦੇ ਟਾਈਮ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਹਜ਼ੂਰ ਧੰਨ ਬਾਬਾ ਰਾਮ ਜੋਗੀ ਪੀਰ ਜੀ ਦੇ ਅਸਥਾਨਾਂ 'ਤੇ ਚੱਲੇ ਅਖੰਡ ਪ੍ਰਵਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੀ ਅੰਮ੍ਰਿਤ ਪਾਵਨ ਗੁਰਬਾਣੀ ਭੋਗਾਂ ਦੇ ਸਲੋਕ ਸਰਵਣ ਕੀਤੇ ਆਪ ਗੁਰੂ ਰੂਪ ਸੰਗਤਾਂ ਦੀਆਂ ਅਰਦਾਸਾਂ ਪ੍ਰਵਾਨ ਕਰ ਅਕਾਲ ਪੁਰਖ ਵਾਹਿਗੁਰੂ ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਹੁਕਮ ਜੋ ਗੁਰਮੁਖਾਂ ਪਿਆਰਿਆਂ ਤੋਂ ਆਪਾਂ ਸਰਵਣ ਕੀਤੇ ਹੈ ਇਹ ਸਾਡਾ ਸਰਬੱਤ ਦਾ ਭਲਾ ਕਰਦਿਆਂ ਸਤਿਗੁਰਾਂ ਨੇ ਦਾਤ ਬਖਸ਼ੀ ਦਾਨ ਬਖਸ਼ਿਆ। ਹੁਕਮ ਹੋਇਆ ਪ੍ਰਬੰਧਕਾਂ ਵੱਲੋਂ ਕੁਝ ਟਾਈਮ ਆਪਾਂ ਭਾਈ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਨਾਲ ਜੁੜ ਆਪਣੇ ਮਨੁੱਖਾ ਜਨਮ ਦਾ ਟਾਈਮ ਸਫਲ ਬਣਾਉਣਾ। 20 ਮਿੰਟ ਦਾ ਸੰਗਤ ਜੀ ਟਾਈਮ ਆਪਾਂ ਸਤਿਗੁਰਾਂ ਦੀ ਵਡਿਆਈ ਗਾਉਣੀ ਹੈ ਭਾਈ। ਅੰਮ੍ਰਿਤ ਗੁਰਬਾਣੀ ਅੰਦਰ ਪਾਤਸ਼ਾਹ ਜੀ ਨੇ ਮਹਾਂਵਾਕ ਬਖਸ਼ਿਸ਼ ਕੀਤੇ ਹੈ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਚਾਹਲ ਸਿੱਖੋ ਤੁਹਾਡੇ ਪੁਰਖੇ ਦਾ ਜੋ ਇਤਿਹਾਸ ਹੈ ਉਹ ਸੂਰਮਿਆਂ ਵਾਲਾ ਹੈ ਇਸ ਗੱਲ ਦਾ ਚੇਤਾ ਰੱਖਣਾ ਚਾਹੀਦਾ। ਧੰਨ ਬਾਬਾ ਰਾਮ ਜੋਗੀ ਪੀਰ ਜੀ ਜਦੋਂ 700 ਹਿਜਰੀ ਤੋਂ ਹਿੰਦੁਸਤਾਨ ਦੇ ਉੱਪਰ ਮੁਗਲ ਆਏ ਪਠਾਨ ਆਏ ਇੱਥੇ ਤੈਮੂਰ ਲੰਗ ਆਇਆ ਇਸ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਮਹਿਮੂਦ ਗਜਨਵੀ ਆਇਆ ਜਿਹਦਾ ਜੀ ਕਰਦਾ ਜਦੋਂ ਜੀ ਕਰਦਾ ਉਦੋਂ ਹਿੰਦੁਸਤਾਨ 'ਤੇ ਚੜ੍ਹਾਈ ਕੀਤੀ ਜਾਂਦੀ ਹਿੰਦੁਸਤਾਨ ਨੂੰ ਲੁੱਟਿਆ ਜਾਂਦਾ ਇੱਥੋਂ ਦੀਆਂ ਬਹੂਆਂ ਬੇਟੀਆਂ ਨੂੰ
ਬੰਨ ਕੇ ਆਪਣੇ ਗਜਨਵੀ ਆਦਿਕ ਕਾਬਲ ਕੰਧਾਰ ਆਦਿਕ ਉਧਰ ਨੂੰ ਲਿਜਾ ਕੇ ਭਾਈ ਚੌਂਕਾਂ ਵਿੱਚ ਖੜੀਆਂ ਕਰਕੇ ਸਾਡੀਆਂ ਹਿੰਦੁਸਤਾਨ ਦੀਆਂ ਧੀਆਂ ਬਹੂਆਂ ਬੇਟੀਆਂ ਉਹ ਉੱਥੇ ਜਾ ਕੇ ਨਿਲਾਮੀ ਕੀਤੀ ਜਾਂਦੀ। ਸੇਖ ਲੋਕ ਪਠਾਨ ਮੁਗਲ ਲੋਕ ਉਹ ਫਿਰ ਬੋਲੀ ਲਾਇਆ ਕਰਦੇ। ਚੌਂਕਾਂ ਵਿੱਚ ਖੜੀ ਧੀ ਭੈਣ ਦੀ ਬੋਲੀ ਹੁੰਦੀ ਅਤੇ ਜਦੋਂ 11ਵੀਂ ਸਦੀ ਦੀ ਇਹ ਵਾਰਤਾ ਸੰਗਤ ਜੀ ਜਦੋਂ ਮਹਿਮੂਦ ਗਜਨਵੀ ਤੈਮੂਰ ਲੰਗ ਵਰਗੇ ਆਉਂਦੇ 11ਵੀਂ 12ਵੀਂ ਸਦੀ ਦੇ ਵਿੱਚ ਸਤਿਕਾਰਯੋਗ ਬਾਬਾ ਰਾਮ ਜੋਗੀ ਪੀਰ ਜੀ ਨੂੰ ਪਤਾ ਲੱਗਾ ਕਿ ਸਾਡੇ ਦੇਸ਼ ਦੀ ਅਜ਼ਮਤ ਸਾਡੇ ਦੇਸ਼ ਦੀ ਅਣਖ ਗੈਰਤ ਉਹ ਮਿੱਟੀ ਵਿੱਚ ਮੇਲਣ ਵਾਸਤੇ ਸਾਡੀਆਂ ਧੀਆਂ ਭੈਣਾਂ ਨੂੰ ਬੰਨ ਕੇ ਗਜਨਵੀ ਆਦਿਕ ਸ਼ਹਿਰਾਂ ਦੇ ਵਿੱਚ ਚੌਂਕਾਂ ਦੇ ਵਿੱਚ ਨਿਲਾਮ ਕਰਨ ਵਾਸਤੇ ਲਿਜਾਇਆ ਜਾ ਰਿਹਾ ਤਾਂ ਤੁਹਾਡੇ ਪੁਰਖੇ ਬਾਬਾ ਜੋਗਾ ਜੀ ਤੋਂ ਜਰਿਆ ਨਹੀਂ ਗਿਆ। ਇਹਨਾਂ ਨੇ ਉਸ ਟਾਈਮ ਇਤਿਹਾਸ ਦੱਸਦਾ ਸੰਗਤ ਜੀ ਕਿਉਂਕਿ ਜਿਹੜਾ ਜਾਤ ਸਤ ਹੁੰਦਾ ਨਾ ਅਤੇ ਜਪ ਤਪ ਹੁੰਦਾ ਇਹ ਮਨੁੱਖ ਦੇ ਜੀਵਨ ਵਿੱਚ ਪੱਖ ਲਾਉਂਦਾ ਸ਼ੁੱਭ ਫਿਰ ਮਨੁੱਖ ਦੀ ਕਰਨੀ ਐਸੀ ਬਣ ਜਾਂਦੀ ਹੈ। ਜਿਹੜਾ ਜਪ ਤਪ ਹੈ ਜਾਤ ਸਤ ਹੈ ਸੰਗਤ ਜੀ ਇਹ ਕੋਈ ਅਤਕਥਨੀ ਨਹੀਂ ਹੈ ਭਾਈ। ਕਹਿੰਦੇ ਬਾਬਾ ਰਾਮ ਜੋਗੀ ਪੀਰ ਜੀ ਨੇ ਉੱਥੇ ਜੰਗ ਕੀਤਾ ਉਹਨਾਂ ਬਹੂਆਂ ਬੇਟੀਆਂ ਨੂੰ ਛਡਾਉਣ ਵਾਸਤੇ ਇੰਨਾ ਕੁ ਜੰਗ ਲੜਿਆ ਕਹਿੰਦੇ ਗਊ ਦੇ ਨੇਤਰੇ ਦੇ ਨਾਲ ਜੰਗ ਲੜਿਆ ਬਾਬੇ ਨੇ ਜੋ ਸੁਣਨ ਵਿੱਚ ਸਾਖੀ ਪੜ੍ਹਨ ਵਿੱਚ ਸਾਖੀ ਆਈ ਹੈ ਉਹਦੇ ਮੁਤਾਬਕ ਅਤੇ ਉਹ ਬਿਨਾਂ ਧੜ ਤੋਂ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਦੇਸ਼ ਦੀ ਅਜ਼ਮਤ ਦੇਸ਼ ਦੀ ਇੱਜ਼ਤ ਅਣਖ ਗੈਰਤ ਨੂੰ ਵੱਟਾ ਨਹੀਂ ਲੱਗਣ ਦਿੱਤਾ ਬਾਬੇ ਰਾਮ ਜੋਗੀ ਪੀਰ ਜੀ ਨੇ ਉਹਨਾਂ ਬਹੂਆਂ ਬੇਟੀਆਂ ਦੀ ਇੱਜ਼ਤ ਮਹਿਫੂਜ਼ ਕੀਤੀ। ਔਰ ਜੋ 18ਵੀਂ ਸਦੀ ਦੇ ਵਿੱਚ ਗੁਰੂ ਕਾ ਖਾਲਸਾ ਇਤਿਹਾਸ ਸਿਰਜਦਾ ਰਿਹਾ ਇਹ ਦੱਸ ਦਿੱਤਾ ਭਾਈ ਪੰਜਾਬ ਦਾ ਅਣਖੀ ਖੂਨ ਜਦੋਂ ਵੀ ਕੋਈ ਇਸ ਦੀ ਇੱਜ਼ਤ ਅਣਖ ਵੱਲ ਕਹਿਰੀ ਨਿਗਾਹ ਨਾਲ ਝਾਕਦਾ ਉਦੋਂ ਹੀ ਇਹ ਉਬਾਲਾ ਮਾਰਦਾ ਉਹ ਭਾਵੇਂ 11ਵੀਂ ਸਦੀ ਹੋਵੇ ਉਹ ਭਾਵੇਂ 18ਵੀਂ ਸਦੀ ਹੋਵੇ ਇਹ ਸਾਡੇ ਪੁਰਖਿਆਂ ਦਾ ਇਤਿਹਾਸ ਹੈ ਭਾਈ। ਤੁਸੀਂ ਬਾਬੇ ਰਾਮ ਜੋਗੀ ਪੀਰ ਬਾਬਾ ਰਾਮ ਜੋਗੀ ਪੀਰ ਜੀ ਨਾਮ ਕਿਉਂ ਪਿਆ ਮੁਸਲਮਾਨੀ ਮਤ ਦਾ ਪ੍ਰਚਾਰ ਰਿਹਾ ਭਾਈ 700-800 ਸਾਲ ਹਿੰਦੁਸਤਾਨ 'ਤੇ 700-800 ਸਦੀਆਂ 7-8 ਸਦੀਆਂ ਮੁਸਲਮਾਨਾਂ ਦਾ ਰਾਜ ਰਿਹਾ ਔਰ ਇਹ ਲੋਕ ਸ਼ਕਤੀਆਂ ਦੇ ਪੁਜਾਰੀ ਸਨ ਸ਼ਕਤੀਆਂ ਨੂੰ ਪੂਜਦੇ ਸਨ ਅਤੇ ਜਿਹੜੀ ਕੋਈ ਕਰਨੀ ਵਾਲੀ ਥਾਂ ਹੁੰਦੀ ਸ਼ਕਤੀ ਵਾਲੀ ਜਗ੍ਹਾ ਹੁੰਦੀ ਜਿਵੇਂ ਹੁਣ ਅਸੀਂ ਤਾਂ ਭਾਈ ਖਾਹ ਮਖਾਈ ਕਬਰਾਂ ਜੰਡਾਂ ਨੂੰ ਪੂਜੀ ਜਾਂਦੇ ਹਾਂ ਪਰ ਉਹ ਲੋਕ ਪੂਜਣ ਵਾਲੀ ਜਗ੍ਹਾ ਨੂੰ ਪੀਰ ਕਹਿ ਕੇ ਸੰਬੋਧਨ ਕਰਿਆ ਕਰਦੇ ਕਿ ਇਹ ਪੀਰਾਂ ਦੀ ਜਗ੍ਹਾ ਹੈ ਕਿਉਂਕਿ ਮਤ ਸੀ ਉਹਨਾਂ ਦਾ ਜਿਹਦਾ ਮਤ ਹੁੰਦਾ ਉਹੋ ਜਿਹਾ ਭਾਈ ਨਾਮ ਪ੍ਰਚਲਿਤ ਹੋ ਜਾਂਦਾ ਇੱਥੋਂ ਬਾਬੇ ਜੋਗਾ ਜੀ ਦਾ ਨਾਮ ਜੋਗੀ ਪੀਰ ਜੀ ਪੈ ਗਿਆ ਅੱਜ ਤਾਈਂ ਪ੍ਰਸਿੱਧ ਹੈ ਉਹ ਬਾਬਾ ਰਾਮ ਜੋਗੀ ਪੀਰ ਜੀ ਦੇ ਅਸਥਾਨਾਂ 'ਤੇ ਆਪਾਂ ਭਾਈ 7 ਤਰੀਕ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਹਜ਼ੂਰ ਹੁੰਦਿਆਂ ਜਪ ਤਪ ਪ੍ਰਾਰੰਭ ਕੀਤੇ ਜੱਗ ਚੱਲ ਰਿਹਾ ਜਿਨ੍ਹਾਂ ਦੀ ਅੱਜ ਸੰਪੂਰਨਤਾ 'ਤੇ ਜੋ ਤੁਹਾਡੀ ਗੁਰੂ ਸੰਗਤ ਦੀ ਅਰਦਾਸ ਪ੍ਰਵਾਨ ਕਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਬਖਸ਼ਿਆ ਆਪਾਂ ਭਾਈ 10 ਕੁ ਮਿੰਟ ਬਾਕੀ ਰਹਿ ਗਏ ਹੈ ਆਪਾਂ ਸਤਿਗੁਰਾਂ ਦੀ ਵਡਿਆਈ ਕਰੀਏ ਜੀ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਜਿਨ ਬੋਹੈ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ ਗਰੀਬਾਂ ਨੂੰ ਨਵਾਜਣ ਹਾਰ ਸ਼ਹੀਦਾਂ ਦੇ ਸਿਰ ਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਬੋਹਿਥ ਧੰਨ 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 ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਜੀਵਾਂ ਦਾ ਭਲਾ ਕਰਦੇ ਕਲ ਤਾਤੀ ਠੰਡਾ ਹਰਨਾਓ ਕਲਯੁਗ ਤਾਂ ਤੱਤਾ ਹੈ ਭਾਈ ਅੱਗ ਵਰਗਾ ਅੱਗ ਵਰਗਾ ਜੀਅੜਾ ਅਗਨ ਬਰਾਬਰ ਤਪ ਹੈ ਗੁਰਬਾਣੀ ਦਾ ਮਹਾਂਵਾਕ ਹੈ ਇਹ ਤਾਂ ਭਾਈ ਅੱਗ ਵਰਗਾ ਹੈ
ਅੱਖਾਂ ਨਾਲ ਵੇਖੋ ਭਾਈ, ਕੰਨਾਂ ਨਾਲ ਸੁਣੋ ਭਾਈ, ਜੀਭ ਨਾਲ ਬੋਲੋ ਭਾਈ। ਅੱਜ ਜੋ ਸਮਾਂ ਚੱਲਦਾ ਭਾਈ, ਫੈਸ਼ਨ ਪ੍ਰਸ਼ਤੀ ਨੇ ਸਾਡੀ ਦੁਨੀਆ ਨੂੰ ਅਖਲਾਕ ਤੋਂ ਗੇਰ ਦਿੱਤਾ, ਸਾਡੀ ਸੱਭਿਅਤਾ ਨੂੰ ਵੱਟਾ ਲੱਗ ਚੁੱਕਾ ਹੈ ਫੈਸ਼ਨ ਪ੍ਰਸ਼ਤੀ ਨੇ। ਸੱਤ ਨਹੀਂ ਵਰਤਦਾ ਜਦੋਂ ਦੇਖੂ ਕੋਈ ਨੇਤਰਾਂ ਦੇ ਨਾਲ, ਅੱਜ ਦਾ ਅਸਲੀਅਤ ਹੈ ਭਾਈ ਸੰਗਤ ਜੀ, ਕੋਈ ਵੇਖੂ ਦ੍ਰਿਸ਼ਟੀ ਨਾਲ ਸੱਤ ਨਹੀਂ ਵਰਤੇਗਾ, ਕੋਈ ਸੁਣੇਗਾ ਕੰਨਾਂ ਨਾਲ, ਸੁਣਨ ਨੂੰ ਕੀ ਮਿਲਦਾ ਅੱਜ। ਕੋਈ ਚਾਰ ਭਰਾ ਇਕੱਠੇ ਹੋ ਕੇ ਬੈਠਦੇ ਹੈ, ਕੋਈ ਫੈਸਲਾ ਇਕੱਤਰਤਾਈ ਵਿੱਚ ਲੈਂਦੇ ਹੈ, ਕਿਉਂ ਨਹੀਂ ਲੈਂਦੇ? ਅੱਗ ਹੈ ਉਹ ਇਕੱਠੀ ਨਹੀਂ ਹੋਣ ਦੇ ਰਹੀ, ਭਾਂਬੜ ਬਲ ਜਾਂਦਾ। ਸੁਣਦੇ ਵੀ ਅੱਗ ਹੈ, ਨਿੰਦਿਆ ਚੁਗਲੀ ਸੁਣਦੇ ਹਾਂ ਇਹ ਵੀ ਅੱਗ ਹੈ, ਸੰਸਾਰ ਵੇਖਦੇ ਹਾਂ ਉਹ ਵੀ ਭਾਈ ਸ਼ਾਂਤੀ ਵਾਲੀ ਦ੍ਰਿਸ਼ਟੀ ਨਹੀਂ ਰਹੀ ਕਿਸੇ ਦੀ, ਉਬਲੀ ਜਾਂਦੇ ਆ ਵਿਕਾਰਾਂ 'ਚ ਆਪਾਂ ਸਭ ਜੀਵ, ਕਿਉਂਕਿ ਸਾਡਾ ਖਾਣ ਪਾਣ ਪਹਿਰਾਣ ਇਹ ਵਿਗੜ ਚੁੱਕਾ ਹੈ। ਉਹਦੀ ਬਦੌਲਤ ਅਸ਼ਾਂਤੀ ਹੈ, ਅਸਥਿਰਤਾ ਹੈ। ਤਾਂ ਜਿਹੜਾ ਅਗਨ ਬਰਾਬਰ ਤਪ ਹੈ, ਅੱਗ ਵਾਂਗੂ ਤਪਦਾ ਹੈ ਅੰਦਰੋਂ, ਕਿਸੇ ਬਿਰਲੇ ਅੰਦਰ ਸ਼ਾਂਤੀ ਹੈ, ਬਿਰਲੇ ਅੰਦਰ ਸੰਗਤ ਜੀ। ਕੋਈ ਨਾਨਕ ਕੋਟ ਕਹੋ, ਨਾਨਕ ਕੋਟਨ ਮੈਂ ਕਹੂ, ਕਰੋੜਾਂ 'ਚੋਂ ਹੈ ਕਰੋੜਾਂ 'ਚੋਂ ਨਾਰਾਇਣ ਜਿਹੇ ਚੀਤ, ਜਿਹਦੇ ਚਿੱਤ ਵਿੱਚ ਭਾਈ ਨਾਰਾਇਣ, ਜਿਹਦੇ ਚਿੱਤ ਵਿੱਚ ਨਾਰਾਇਣ ਹੈ, ਅੰਮ੍ਰਿਤ ਪਾਵਨ ਗੁਰਬਾਣੀ ਹੈ। ਪਾਤਸ਼ਾਹ ਕਹਿੰਦੇ ਠੰਡਾ ਹਰ ਨਾਓ, ਭਾਈ ਇਹ ਵਾਹਿਗੁਰੂ ਦਾ ਨਾਮ ਤਾਂ ਠੰਡਾ। ਇੱਥੇ ਜਿੰਨੇ ਬੈਠੇ ਨਾ ਸੰਗਤ ਜੀ, ਸ਼ਾਂਤੀ 'ਚ ਬੈਠੇ ਹਾਂ, ਸ਼ਾਂਤੀ 'ਚ, ਮਾਈ ਭਾਈ ਵੀਰ ਬਜ਼ੁਰਗ ਸਾਰੇ। ਪਰ ਇੱਥੋਂ ਬਾਹਰ ਜਾਵਾਂਗੇ, ਇੱਥੋਂ ਵਾਲੀ ਸ਼ਾਂਤੀ ਨਹੀਂ ਰਹੂ, ਪਰ ਇੱਥੋਂ ਵਾਲੀ ਸ਼ਾਂਤੀ ਵੀ ਮਹਿਸੂਸ ਕਰਨੀ ਪੈਂਦੀ ਹੈ। ਇਹ ਨਹੀਂ ਹੈ ਵੀ ਇੱਥੇ ਵੀ ਕੋਈ ਭਾਈ ਨਹੀਂ ਕਾਬੂ 'ਚ ਆਪਣੇ ਇੰਦਰੇ ਵਕ ਨੂੰ ਰੱਖ ਸਕਦਾ, ਇਹ ਨਹੀਂ ਗੱਲ ਵੀ ਉਹਨੂੰ ਸ਼ਾਂਤੀ ਮਿਲ ਗਈ। ਇੱਥੋਂ ਦੀ ਸ਼ਾਂਤੀ ਵਾਲਾ ਤਾਂ ਵਾਤਾਵਰਨ ਸਿਰਜਣਾ ਪੈਂਦਾ, ਉਹੋ ਜਿਹੇ ਆਪਣੇ ਸਰੀਰ ਦੇ ਇੰਦਰਿਆਂ ਨੂੰ ਕਾਬੂ 'ਚ ਰੱਖਣਾ ਪੈਂਦਾ ਤਾਂ ਕਿ ਇੱਥੋਂ ਵਾਲੀ ਸ਼ਾਂਤੀ ਨੂੰ ਮਹਿਸੂਸ ਕੀਤਾ ਜਾਵੇ। ਕੈਸੀ ਸ਼ਾਂਤੀ ਵਰਤਦੀ ਹੈ, ਰੱਬ ਦੇ ਚਰਨਾਂ 'ਚ ਬੈਠੇ ਹਾਂ। ਪਾਤਸ਼ਾਹ ਜੀ ਦਾ ਮਹਾਂਵਾਕ ਹੈ, ਗੁਰਦਾਤਾ ਗੁਰ ਹਿਵੇ ਘਰ, ਗੁਰਦੀਪਕ ਤੇ ਲੋਏ, ਗੁਰੂ ਦਾਤੇ ਹੈ ਭਾਈ। ਗੁਰੂ ਹਿਵੇ ਘਰ, ਗੁਰੂ ਬਰਫ਼ ਦਾ ਘਰ ਹੈ, ਬਰਫ਼ ਦਾ ਘਰ, ਬਰਫ਼ ਦੇ ਘਰ ਵਿੱਚ ਜਾਵਾਂਗੇ, ਸ਼ਾਂਤੀ ਠੰਡ ਆਨੰਦ ਮਿਲੇਗਾ। ਗੁਰੂ ਗ੍ਰੰਥ ਸਾਹਿਬ ਜੀ ਕੋਲ ਆਵਾਂਗੇ, ਸ਼ਾਂਤੀ ਗਿਆਨ ਆਨੰਦ ਮਿਲੇਗਾ। ਇਹ ਐਸਾ ਦਰ ਹੈ। ਤਾਂ ਮਹਾਰਾਜ ਪਾਤਸ਼ਾਹ ਜੀ ਦਾ ਮਹਾਂਵਾਕ ਹੈ, ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ। ਜੜ ਚੇਤਨ ਦੋ ਪ੍ਰਕਾਰ ਦੀ ਮਾਇਆ ਸੰਗਤ ਜੀ, ਜੜ ਮਾਇਆ ਹੈ ਸੰਸਾਰ ਦੀ ਦੌਲਤ ਸੁਹਰਤ, ਇਸ ਮਨੁ ਜੜ ਮਾਇਆ ਵਾਲੇ ਵੀ ਤਪੀ ਜਾਂਦੇ ਹੈ, ਜੜ ਮਾਇਆ ਵਾਲੇ ਵੀ ਸ਼ਾਂਤ ਨਹੀਂ ਹੈ, ਦੌਲਤ ਸੁਹਰਤ ਹੈ ਪਰ ਫਿਰ ਵੀ ਭਾਈ ਸ਼ਾਂਤੀ ਨਹੀਂ ਹੈ, ਜੜ ਮਾਇਆ ਵੀ ਸ਼ਾਂਤੀ ਨਹੀਂ ਦਿੰਦੀ। ਅਤੇ ਚੇਤਨ ਮਾਇਆ ਹੁੰਦੀ ਹੈ ਭਾਈ ਆਪਣਾ ਪਰਿਵਾਰ, ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਾਕ ਸੰਬੰਧ, ਪੁੱਤਰ ਧੀਆਂ, ਇਹ ਕਿਹੜਾ ਸੁੱਖ ਦਿੰਦੇ ਹੈ? ਝਾਤੀ ਮਾਰ ਲਈਏ ਸਾਰੇ, ਆਪਾਂ ਗ੍ਰਹਿਸਥੀ ਬੈਠੇ ਹਾਂ, ਕਿੰਨੀ ਕੁ ਸ਼ਾਂਤੀ 'ਚ ਹੈ ਭਾਈ। ਇਸ ਵਾਸਤੇ ਸ਼ਾਂਤੀ ਸੁੱਖ ਇਹ ਦੋਨੇ ਪ੍ਰਕਾਰ ਦੀ ਮਾਇਆ ਹੀ ਨਹੀਂ ਦਿੰਦੀ ਭਾਈ, ਨਾ ਜੜ ਮਾਇਆ ਦੇਵੇ ਨਾ ਚੇਤਨ ਮਾਇਆ, ਅਸੀਂ ਸਾਰੇ ਮਾਇਆ ਹੀ ਹਾਂ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ। ਹੇ ਵਾਹਿਗੁਰੂ, ਜਿਹੜੀ ਆਪ ਜੀ ਦੀ ਜੜ ਅਤੇ ਚੇਤਨ ਮਾਇਆ ਨੇ, ਬ੍ਰਹਿਮੰਡ ਵੀ ਮੋਹੇ ਹੋਏ ਹੈ, ਬ੍ਰਹਿਮੰਡਾਂ ਵਿੱਚ ਰਹਿਣ ਵਾਲੇ ਬ੍ਰਹਮਾ ਵਿਸ਼ਨੂੰ ਸ਼ਿਵ ਮੋਹੇ ਹੋਏ ਹੈ। ਐਵੇਂ ਨਹੀਂ ਡਾਂਸ ਕਰਦਾ ਸ਼ਿਵ ਜੀ ਭਾਈ ਤ੍ਰਸੂਲ ਫੜ ਕੇ, ਮੋਹਿਆ ਹੋਇਆ ਕਿਸੇ ਮਾਇਆ ਦਾ। ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ। 33 ਕਰੋੜ ਦੇ ਦੇਵੀ ਦੇਵਤੇ ਇੰਦਰ ਵਰਗੇ ਉਹ ਭੜਕਦੇ ਫਿਰਦੇ ਆ ਮਾਇਆ ਦੇ ਭਰਮਾਏ, ਮਾਇਆ ਦੇ ਭਰਮਾਏ। ਗੌਤਮ ਤਪਾ ਅਹਲਿਆ ਤਿਸ ਇਸਤਰੀ, ਤਿਸ ਦੇਖ ਇੰਦਰ ਲਵਾਇਆ, ਗੁਰਬਾਣੀ ਨੇ ਗਵਾਹੀ ਭਰੀ ਹੈ ਪ੍ਰਤੱਖ। ਭਾਈ ਇੰਨੇ ਭੜਕੇ ਸੁਰਗਾਂ ਨੂੰ ਛੱਡ ਕੇ ਮਾਤ ਲੋਕ ਵਿੱਚ ਧੱਕੇ ਖਾਂਦੇ ਫਿਰਦੇ ਆ, ਕਲੰਕ ਖੜਦੇ ਫਿਰਦੇ ਆ ਮਾਤ ਲੋਕ ਦੇ ਵਿੱਚ ਆ ਕੇ, ਐਡੀਆਂ ਭੜਕੀਆਂ ਰੂਹਾਂ ਇਸ ਮਾਇਆ ਦੇ ਚੱਕਰ ਵਿੱਚ। ਪਾਤਸ਼ਾਹ ਜੀ ਕਹਿੰਦੇ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ। ਹੇ ਵਾਹਿਗੁਰੂ, ਮੈਂ ਜੀਵ ਵੀ ਤਾਹੂ ਮਹਿ ਪਾਓ,
ਆਪਣੇ ਆਪ ਨੂੰ ਤਾਹੂ ਉਸ ਮਾਇਆ ਦੇ ਵਿੱਚ ਪਾਇਆ ਹੋਇਆ। ਮੇਰਾ ਵੀ ਜੀ ਮੁੜ ਮੁੜ ਕੇ ਉਸ ਮਾਇਆ ਵੱਲ ਜਾਂਦਾ, ਮੇਰੇ ਅੰਦਰ ਵੀ ਜੜ ਮਾਇਆ ਅਤੇ ਚੇਤਨ ਮਾਇਆ ਦੇ ਖਿਆਲ ਆਉਂਦੇ ਹੈ, ਮੈਨੂੰ ਵੀ ਜੜ ਮਾਇਆ ਅਤੇ ਚੇਤਨ ਮਾਇਆ ਦੁੱਖ ਦਿੰਦੀ ਹੈ। ਕਿਉਂਕਿ ਅੱਗ ਤਾਂ ਭਾਈ ਚਾਹੇ ਹੀਟਰ ਦੀ ਹੋਵੇ, ਭਾਵੇਂ ਕੋਲਿਆਂ ਦੀ ਹੋਵੇ, ਭਾਵੇਂ ਹੋਵੇ ਲੱਕੜਾਂ ਦੀ, ਸੰਗਤ ਜੀ ਇਹ ਤਾਂ ਦੁੱਖ ਦਿੰਦੀ ਹੈ। ਇਸ ਵਾਸਤੇ ਮਾਇਆ ਦੁੱਖ ਦਿੰਦੀ ਹੈ। ਵਾਹਿਗੁਰੂ ਅੱਜ ਮਹਾਰਾਜ ਨੇ ਸਾਨੂੰ ਅਰਦਾਸ ਕਰਨ ਦੀ ਅਕਲ ਦਿੱਤੀ ਹੈ। ਸੰਗਤ ਜੀ ਕਹਿੰਦੇ ਇੱਥੇ ਆ ਕੇ ਅਰਦਾਸ ਕਰਿਓ, ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਰੱਖ ਲਿਓ ਇਹ ਬਖਈ ਜੀਓ। ਬਖਈ ਜੀਓ ਹੁੰਦਾ ਸੰਗਤ ਜੀ ਵਿਖੇ, ਵਿਖੇ ਮੈਣੇ ਵਿਸ਼ੇ, ਵਿਸ਼ੇ ਮੈਣੇ ਸਾਡੇ ਪੰਜ ਇੰਦਰੇ ਹੈ। ਅੱਖ ਦਾ ਵਿਸ਼ਾ ਵੇਖਣਾ, ਕੰਨ ਹੈ ਕੰਨਾਂ ਦਾ ਵਿਸ਼ਾ ਸੁਣਨਾ, ਜੀਭ ਹੈ ਜੀਭ ਦਾ ਵਿਸ਼ਾ ਚੱਖਣਾ, ਚਮੜੀ ਦਾ ਵਿਸ਼ਾ ਸਪਰਸ਼ ਹੈ, ਨਾਸਕਾਂ ਦਾ ਵਿਸ਼ਾ ਸੁੰਘਣਾ ਹੈ। ਇਹ ਪੰਜ ਵਿਸ਼ੇ ਹੈ। ਹਾਥੀ ਨੂੰ ਇੱਕ ਵਿਸ਼ਾ ਲੈ ਕੇ ਬਹਿ ਜਾਂਦਾ, ਮੱਛੀ ਨੂੰ ਜੀਭ ਦਾ ਰਸ ਲੈ ਕੇ ਬਹਿ ਜਾਂਦਾ, ਮਿਰਗ ਨੂੰ ਕੰਨਾਂ ਦਾ ਨਾਦ ਲੈ ਕੇ ਉਹਦੀ ਮੌਤ ਦਾ ਕਾਰਨ ਬਣ ਜਾਂਦਾ, ਪਤੰਗੇ ਨੂੰ ਅੱਖਾਂ ਲੈ ਕੇ ਮਾਰ ਬਹਿ ਜਾਂਦੀਆਂ, ਮਾਰ ਦਿੰਦੀਆਂ। ਅਤੇ ਸਾਡੇ ਅੰਦਰ ਤਾਂ ਇਹ ਪੰਜੇ ਹੀ ਹੈ ਭਾਈ, ਸਾਡੇ ਅੰਦਰ ਤਾਂ ਪੰਜੇ ਹੀ ਹੈ। ਅੱਖ ਦਾ ਰੋਗ ਵੀ ਹੈ ਸਾਨੂੰ, ਕੰਨ ਦਾ ਰੋਗ ਵੀ ਹੈ ਸਾਨੂੰ, ਜੀਭ ਦੇ ਵੀ ਰੋਗੀ ਹੈ ਅਸੀਂ। ਅਸੀਂ ਤਾਂ ਭਾਈ ਪੰਜਾਂ ਕਰਕੇ ਗ੍ਰਸੇ ਹੋਏ ਹਾਂ, ਫਿਰ ਕਿੰਨੀ ਕੁ ਸਾਡੀ ਭਾਈ ਆਸ ਕਰਾਂਗੇ ਵੀ ਅਸੀਂ ਬਚ ਜਾਵਾਂਗੇ ਇੱਥੋਂ। ਤਾਂ ਮਹਾਰਾਜ ਕਹਿੰਦੇ ਅਰਦਾਸ ਕਰਿਓ ਭਾਈ, ਅਰਦਾਸ ਇੱਥੇ ਆ ਕੇ ਹੱਥ ਜੋੜ ਲਿਓ, ਸੱਚੇ ਪਾਤਸ਼ਾਹ ਤੁਸੀਂ ਆਉਂਦਾ ਤੇ ਇੱਕ, ਰੱਖ ਲਿਓ ਇਹੋ ਬਖਈ ਜੀਓ ਦੇਹੋ ਆਪਣਾ ਨਾਓ। ਇਹ ਅਰਦਾਸ ਬੇਨਤੀ ਦੇ ਬਚਨ ਹੈ ਸੰਗਤ ਜੀ। ਪਾਤਸ਼ਾਹ ਕਹਿੰਦੇ ਅਰਦਾਸ ਕਰਿਓ ਮਹਾਰਾਜ, ਇਸ ਬਖਈ ਜੀਵ ਨੂੰ ਰੱਖ ਲਵੋ, ਇਹਦੇ 'ਚ ਪੰਜ ਵਿਸ਼ੇ ਹੈ। ਅੱਖਾਂ ਨਾਲ ਦੇਖਦਾ, ਦੇਖਦਾ ਕੀ ਹੈ, ਦੇਖਦਾ ਵੀ ਇਹ ਸਾਧੂ ਸੰਤਾਂ ਨੂੰ ਨਹੀਂ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ। ਸਾਧੂਆਂ ਦੇ ਦਰਸ਼ਨ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੋਈ ਚੰਗੀਆਂ ਰੂਹਾਂ ਦੇ ਦੀਦਾਰ ਨਹੀਂ ਕਰਦਾ। ਦੇਖਦਾ ਵੀ ਇਹ ਪਰਤਰੇ ਰੂਪ ਨਾ ਪੇਖੇ ਨੇਤਰ, ਇਹੋ ਜਿਹੀ ਗੱਲਬਾਤ ਨਹੀਂ ਹੈ। ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣਨੀ, ਪਰ ਇਹ ਨਿੰਦਿਆ ਰਸ ਰਚਿਓ। ਇਸ ਵਾਸਤੇ ਇਹਨਾਂ ਰਸਾਂ ਵਿੱਚ ਰਚੇ ਹੋਏ ਹਾਂ, ਰੱਖ ਲਿਓ ਇਹੋ ਬਖਈ ਜੀਓ। ਵਾਹਿਗੁਰੂ ਇਹ ਬਸਈ ਜੀਵ ਨੂੰ ਰੱਖ ਲਵੋ। ਰੱਖਣ ਦਾ ਤੁਹਾਡਾ ਤਰੀਕਾ ਕੀ ਹੈ? ਜਿਵੇਂ ਵੈਦ ਕੋਈ ਰੋਗੀ ਹੁੰਦਾ ਨਾ ਸੰਗਤ ਜੀ, ਰੋਗੀ ਰੋਗੀ ਨੂੰ ਕੋਈ ਦਵਾਈ ਦੇ ਦਿੰਦਾ ਵੈਦ, ਕਿ ਲੈ ਭਾਈ ਇਹ ਇਹਦੇ ਪਰਹੇਜ਼ ਹੈ, ਇੱਦਾਂ ਇਹ ਔਸ਼ਧੀ ਵਰਤਣੀ ਹੈ, ਤੇਰਾ ਭਲਾ ਹੋ ਜਾਵੇਗਾ। ਇੱਦਾਂ ਹੀ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਗੋਬਿੰਦ ਗੁਰੂ ਵੈਦ ਕੀ ਦਿੰਦਾ, ਹਰ ਹਰ ਔਖਦ, ਪਾਤਸ਼ਾਹ ਜੀ ਦਾ ਮਹਾਂਵਾਕ ਹੈ ਕਿ ਭਾਈ ਵਾਹਿਗੁਰੂ ਦਾ ਨਾਮ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਸਾਰੇ ਰੋਗਾਂ ਦੀ ਦਵਾਈ ਹੈ ਭਾਈ ਵਾਹਿਗੁਰੂ ਦਾ ਨਾਮ। ਅਤੇ ਇਹ ਗੁਰੂ ਗੋਬਿੰਦ ਵੈਦ ਤੋਂ ਆ ਕੇ ਗੁਰੂ ਕੇ ਸਿੱਖ ਨੇ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਰੱਖ ਲਿਓ ਇਹੋ ਬਖਈ ਜੀਓ, ਇਹ ਵਸਈ ਜੀਵ ਨੂੰ ਰੱਖ ਲਵੋ। ਕਿਵੇਂ ਰੱਖ ਲਵੋ? ਉਹ ਔਸ਼ਧੀ ਦੇ ਦੇਵੋ ਵਾਹਿਗੁਰੂ, ਦੇਹੋ ਆਪਣਾ ਨਾਓ, ਸਰਬ ਰੋਗ ਕਾ ਔਖਦ ਨਾਮ, ਆਪਣਾ ਨਾਮ ਦੇ ਦਿਓ ਜੀ, ਬਸਰਾਮ ਹੈ। ਹੇ ਵਾਹਿਗੁਰੂ, ਜਿਹੜੀ ਮਾਇਆ ਨੂੰ ਪ੍ਰਾਪਤ ਕਰਕੇ ਸੁਖੀ ਕੋਈ ਨਹੀਂ ਹੈ, ਜਿਵੇਂ ਜਿਵੇਂ ਕਿਸੇ ਕੋਲ ਬਹੁਤੀ ਵਧੀ ਜਾਂਦੀ ਹੈ ਨਾ ਸੰਗਤ ਜੀ, ਗੁਰਬਾਣੀ ਨੇ ਤਾਂ ਸਪਸ਼ਟ ਫੈਸਲਾ ਦੇ ਦਿੱਤਾ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ।
ਸੰਗਤ ਜੀ ਇੱਕ ਚਿੰਤਾ ਹੋਵੇਗੀ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੰਮ ਕਰਕੇ ਦੋ ਪ੍ਰਸਾਦੇ ਮਿਲਣਗੇ, ਕਿਸੇ ਗਰੀਬ ਦੀ ਚਿੰਤਾ ਹੈ ਇਹ। ਪਰ ਰਾਤ ਨੂੰ ਉਹ ਬਾਂਹ ਸਰਾਣੇ ਰੱਖ ਕੇ ਘਰਾੜੇ ਮਾਰਦਾ, ਪਰ ਜਿਹਦੇ ਕੋਲ ਬਹੁਤ ਹੈ ਨਾ, ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ ਉਹਨੂੰ ਰਾਤ ਨੂੰ ਭਾਈ, ਉੱਲੂ ਹੀ ਡਰਾਈ ਜਾਂਦੇ ਹੈ, ਆ ਕੋਚਰਾਂ ਤੋਂ ਡਰਾਈ ਜਾਂਦਾ, ਆ ਬਿੱਲੀਆਂ ਉਹਨਾਂ ਤੋਂ ਡਰੀ ਜਾਂਦਾ, ਪਤਾ ਨਹੀਂ ਕੌਣ ਆ ਗਿਆ, ਨਹੀਂ ਨੀਂਦ ਆਉਂਦੀ ਭਾਈ, ਲੱਪ ਲੱਪ ਗੋਲੀਆਂ ਦੀ ਖਾਂਦੇ ਆ। ਸੰਗਤ ਜੀ ਬਹੁਤੀ ਵਾਲੇ, ਗੁਰਬਾਣੀ ਦਾ ਮਹਾਂਵਾਕ ਹੈ, ਗੁਰਬਾਣੀ ਦਾ ਨਿਰਣੈ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ ਜਿਨ ਮੋਹੇ ਬ੍ਰਹਿਮੰਡ ਖੰਡ, ਜਿਹੜੀ ਮਾਇਆ ਨੇ ਇੱਕ ਨਹੀਂ ਖੰਡ ਵੀ ਮੋਹਿਆ, ਬ੍ਰਹਿਮੰਡ ਵੀ ਮੋਹੇ ਹੈ। ਹਾਂਜੀ, ਤਾਹੂ ਮਹਿ ਪਾਓ ਜਾਦੇ ਨਾਹੀਂ ਕੋ ਸੁਖੀ, ਤਾਂ ਕਹਿ ਪਾਛੈ ਜਾਓ। ਜਿਹੜੀ ਮਾਇਆ ਤੋਂ ਅੱਜ ਤਾਈਂ ਸੁਖੀ ਹੋਇਆ ਹੀ ਕੋਈ ਨਹੀਂ, ਮੈਂ ਵੀ ਉਸ ਮਾਇਆ ਦੇ ਪਿੱਛੇ ਜਾਂਦਾ, ਮੇਰਾ ਵੀ ਜਿਹੜਾ ਚੇਤਨ ਹੈ ਉਹ ਮਾਇਆ ਮਗਰ ਭੜਕਦਾ, ਮਾਇਆ ਹੀ ਮਾਇਆ, ਮਾਇਆ ਹੀ ਮਾਇਆ ਕਰੀ ਜਾਂਦਾ। ਹੇ ਵਾਹਿਗੁਰੂ ਜੋ ਸਗਲ ਕੋ ਛੋੜ ਜਾਏ, ਜਿਹੜੀ ਸਾਰਿਆਂ ਨੂੰ ਛੱਡ ਜਾਂਦੀ ਹੈ, ਸਭ ਨੂੰ ਛੱਡ ਜਾਂਦੀ ਹੈ, ਗੁਰਬਾਣੀ ਦਾ ਮਹਾਂਵਾਕ ਹੈ। ਇਸ ਮਾਇਆ ਕੀ ਸੋਭਾ ਚਾਰ ਦਿਹਾੜੇ, ਸਿਰਫ ਚਾਰ ਦਿਨ। ਇਸੇ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਦਾ ਮਹਾਂਵਾਕ ਹੈ ਕਿ ਭਾਈ ਨਾਂਗੇ ਪਾਵਹੋਂ ਤੇ ਗਏ, ਕੌਣ ਗਏ, ਜਿਨ ਕੇ ਲੱਖ ਕਰੋੜ, ਜਿਨ੍ਹਾਂ ਦੇ ਲੱਖਾਂ ਕਰੋੜਾਂ, ਉਹ ਵੀ ਨੰਗੇ ਪੈਰੀ ਗਏ। ਛੋੜ ਜਾਹੇ ਜੋ ਸਗਲ ਕੋ, ਜੋ ਸਭ ਨੂੰ ਛੱਡ ਜਾਂਦੀ ਹੈ, ਤਾਂ ਕਹਿ ਪਾਛੈ ਜਾਓ। ਅਤੇ ਇਸ ਵਾਸਤੇ ਜੋ ਫਿਰ ਲਪਟਾਓ, ਮੈਂ ਵੀ ਵਾਹਿਗੁਰੂ ਉਸ ਮਾਇਆ ਦੇ ਪਿੱਛੇ ਪਿੱਛੇ ਜਾਂਦਾ, ਮੇਰੇ ਦਿਨ ਰਾਤ ਦੇ ਸੁਪਨੇ ਹੈ ਜਿਹੜੇ, ਮੇਰੇ ਦਿਨ ਰਾਤ ਦੀ ਜਿਹੜੀ ਹਰ ਟਾਈਮ ਦੀ ਸੋਚ ਹੈ, ਉਹ ਮਾਇਆ ਮਮਤਾ ਰੇ, ਹਰ ਟਾਈਮ ਮਾਇਆ ਦੀ ਮਮਤਾ। ਜੈਸੇ ਬਚਰੇ ਕੂੰਜ ਮਨ, ਜਿਵੇਂ ਕੂੰਜ ਦੇ ਮਨ ਵਿੱਚ ਬੱਚੇ ਹੁੰਦੇ ਆ ਆਪਣੇ, ਹਰ ਟਾਈਮ ਮਾਇਆ ਆਪਣੇ ਬੱਚਿਆਂ ਨੂੰ ਚੇਤਦੀ ਆ, ਚੇਤੇ ਕਰਦੀ ਆ, ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਛਰਿਆ। ਇਵੇਂ ਮੇਰੇ ਮਨ ਵਿੱਚ ਮਾਇਆ ਮਮਤਾ ਰੇ, ਮੇਰੇ ਮਨ ਵਿੱਚ ਮਾਇਆ ਦੀ ਮਮਤਾ ਹੈ, ਹਰ ਟਾਈਮ ਮਾਇਆ ਹੀ ਮਾਇਆ ਕਰੀ ਜਾਂਦਾ। ਫਿਰ ਲਪਟਾਓ, ਮੁੜ ਮੁੜ ਕੇ ਮਾਇਆ ਵਿੱਚ ਹੀ ਲੰਪਟ ਹਾਂ ਮੈਂ। ਹੇ ਕਰੁਣਾ ਪਤੇ, ਕਰੁਣਾ ਕਿਰਪਾ ਦੇ ਪਤੇ ਪਤੀ ਵਾਹਿਗੁਰੂ, ਹੇ ਕਿਰਪਾਲੂ ਵਾਹਿਗੁਰੂ, ਹੇ ਦਿਆਲੂ ਵਾਹਿਗੁਰੂ, ਕਿਰਪਾ ਕਰੋ ਸਾਡੇ ਤੇ, ਕਿਰਪਾ ਕਰ ਦਿਓ ਵਾਹਿਗੁਰੂ, ਸਾਡੇ ਤੇ ਮਿਹਰ ਕਰ ਦਿਓ ਵਾਹਿਗੁਰੂ। ਕਿਹੜੀ ਮਿਹਰ ਕਰ ਦਿਓ? ਤੇਰੇ ਹਰ ਗੁਣ ਗਾਓ। ਹੇ ਵਾਹਿਗੁਰੂ ਮੈਂ ਤੇਰੇ ਹਰ ਗੁਣ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਗੁਣ ਹੈ ਵਾਹਿਗੁਰੂ ਦੇ, ਇਹ ਕਿਰਪਾ ਕਰ ਦਿਓ ਸਾਡੇ ਤੇ। ਮੇਰਾ ਜੀ ਕਰੇ ਕਿ ਮੈਂ ਵਾਹਿਗੁਰੂ 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 ਕਰਾਂ, ਇਹ ਕਿਰਪਾ ਕਰ ਦਿਓ ਜੀ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਨਾਨਕ ਕੀ ਪ੍ਰਭ ਬੇਨਤੀ, ਅੰਤਮ ਪੰਕਤੀ ਅੰਦਰ ਪਾਤਸ਼ਾਹ ਜੀ ਨੇ ਬੇਨਤੀ ਕਰਨ ਦੀ ਸਾਨੂੰ ਸੁਮਤ ਦਿੱਤੀ ਹੈ। ਕਹਿੰਦੇ ਭਾਈ ਇੱਥੇ ਆ ਕੇ ਤਾਂ ਹੱਥ ਜੋੜ ਕੇ, ਮਨ ਨੀਵਾਂ ਕਰਕੇ, ਸਿਰ ਨਮਾ ਕੇ, ਪੂਰੀ ਨਿਮਰਤਾ ਦੇ ਨਾਲ ਆਪਣਾ ਆਪਾ ਤਿਆਗ ਕੇ, ਕਹੋ ਨਾਨਕ ਸਭ ਤੇਰੀ ਵਡਿਆਈ, ਐਦਾਂ ਮਨ ਦੀ ਭਾਵਨਾ ਬਣਾ ਕੇ, ਐਦਾਂ ਹੱਥ ਜੋੜ ਕੇ ਬੇਨਤੀ ਕਰੀ। ਨਾਨਕ ਕੀ ਪ੍ਰਭ ਬੇਨਤੀ, ਹੇ ਵਾਹਿਗੁਰੂ ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜੋਦੜੀ ਹੈ, ਤਰਲ ਹੈ। ਕੀ ਤਰਲੇ ਹੈ ਮੇਰੇ? ਸਾਧ ਸੰਗ ਸਮਾਓ। ਨਾਨਕ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ, ਮੇਰੇ 'ਤੇ ਇਹ ਤਰਸ ਕਰ ਲਓ, ਮੇਰੇ 'ਤੇ ਇਹ ਕਿਰਪਾ ਕਰ ਲਓ, ਮੇਰੀ ਸਾਧ ਸੰਗਤ ਵਿੱਚ ਸਮਾਈ ਹੋਵੇ। ਆ ਬੈਠੇ ਨਾ ਸੰਗਤ ਜੀ, ਜਿੰਨੇ ਬੈਠੇ ਹਾਂ ਇਹ ਸਾਰੇ ਸਾਧ ਸੰਗ ਵਿੱਚ ਸਮਾਏ ਹੋਏ ਹਾਂ। ਦੁੱਧ ਵਿੱਚ ਹੀ ਦੁੱਧ ਸਮਾਉਂਦਾ, ਦੁੱਧ ਵਿੱਚ ਭਾਈ ਪੱਥਰ ਨਹੀਂ ਸਮਾਉਂਦਾ। ਇੱਥੇ ਬੈਠੇ ਹਾਂ ਨਾ, ਇਹ ਗੁਰੂ ਦੇ ਹਜ਼ੂਰ ਹੀ ਗੁਰੂ ਦੀ ਸੰਗਤ ਸਮਾਉਂਦੀ ਹੁੰਦੀ ਹੈ। ਜਿਵੇਂ ਆਪ ਸਮਾਏ ਬੈਠੇ ਹੋ, ਜਿਹੜੇ ਬਾਹਰ ਭੜਕਦੇ ਫਿਰਦੇ ਆ ਉਹਨਾਂ ਨੂੰ ਸਮਾਏ ਨਹੀਂ ਕਹਾਂਗੇ। ਜਿਹੜੇ ਜੁੜੇ ਬੈਠੇ ਆ ਨਾ ਭਾਈ, ਜਿੱਥੇ ਵੀ ਕੋਈ ਬੈਠਾ ਉਹ ਸਾਰੇ ਸਮਾਏ ਹੋਏ ਆ ਸਾਧ ਸੰਗਤ ਵਿੱਚ। ਸਮਾਏ ਦਾ ਭਾਵ ਇਹ ਨਹੀਂ ਵੀ ਸੌਂ ਜਾਣਾ,
ਸਮਾ ਜਾਣਾ, ਟਿਕ ਜਾਣਾ, ਜੁੜ ਜਾਣਾ, ਐਸਾ ਸਮਾਂ। ਹੇ ਵਾਹਿਗੁਰੂ ਸਾਧ ਸੰਗ ਸਮਾਓ। ਜਿਵੇਂ ਦੁੱਧ ਦੇ ਵਿੱਚ ਮਾਈਆਂ ਕਹਿੰਦੀਆਂ ਜਾਗ ਲਾ ਦਿਓ, ਅਤੇ ਜਾਗ ਲਾਉਣ ਤੋਂ ਬਾਅਦ ਕਹਿੰਦੀਆਂ ਹੁਣ ਸਮਾ ਦਿਓ। ਮਾਈਆਂ ਸਿਆਣੀਆਂ ਸਾਡੀਆਂ ਮਾਈਆਂ ਬੈਠੀਆਂ ਕਹਿੰਦੀਆਂ ਜਾਗ, ਜਦੋਂ ਦੁੱਧ ਦੇ ਵਿੱਚ ਖੱਟਾ ਪਾਉਂਦੀਆਂ ਨਾ ਕਹਿੰਦੀਆਂ ਜਾਗ ਲਾ ਦਿਓ, ਉਦੋਂ ਜਾਗ ਕਹਿੰਦੀਆਂ। ਜਦੋਂ ਢੱਕ ਦਿੰਦੀਆਂ ਨਾ ਗਰਮ ਕੱਪੜੇ ਨਾਲ ਉੱਤੋਂ, ਉਦੋਂ ਕਹਿੰਦੀਆਂ ਸਮਾਓ, ਸਮਾ ਦਿਓ, ਕਿਉਂਕਿ ਹੁਣ ਇਹਦੇ ਵਿੱਚ ਦਹੀਂ ਸਮਾ ਗਿਆ, ਸਵੇਰ ਨੂੰ ਇਹ ਬਿਲਕੁਲ ਜੰਮ ਜਾਏਗਾ, ਇਹਦੇ ਵਿੱਚੋਂ ਘਿਓ ਦੀ ਪ੍ਰਾਪਤੀ ਹੋਵੇਗੀ। ਐਂ ਭਾਈ ਜਿਹੜਾ ਇੱਥੇ ਆ ਕੇ ਜਾਗਦਾ ਅਤੇ ਫਿਰ ਸਮਾ ਜਾਂਦਾ, ਟਿਕ ਜਾਂਦਾ, ਉਹਦੇ ਅੰਦਰੋਂ ਵਾਹਿਗੁਰੂ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਐਸਾ ਦਰ ਹੈ ਭਾਈ, ਜਿੱਥੇ ਆਪਾਂ ਆਪਣੇ ਪੁਰਖੇ ਧੰਨ ਬਾਬਾ ਰਾਮ ਜੋਗੀ ਪੀਰ ਜੀ ਦੀ ਯਾਦ ਮਨਾਉਂਦੇ, ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜੁੜੇ ਬੈਠੇ ਹਾਂ। ਸੰਗਤ ਜੀ, ਦਿੱਤਾ ਟਾਈਮ ਸਮਾਪਤ ਹੈ, ਭੁੱਲਾਂ ਦੀ ਖਿਮਾ ਕਿਰਪਾ ਕਰਨੀ ਜੀਓ। ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।